ਯਾਰ ਬਾਦਲ ਸਾਹਿਬ ਕਹਿੰਦੇ ਹੋਈ ਨਹੀਂ ਸਕਦਾ, ਮੇਰੇ ਨਾਲ ਉਹਨਾਂ ਨੇ ਜ਼ਿੰਦਗੀ ਕੱਟੀ ਹੈ, ਹੋਈ ਨਹੀਂ ਸਕਦਾ। ਮੈਂ ਕਿਹਾ ਜੀ ਮੈਨੂੰ ਤਾਂ ਖਬਰ ਮਿਲੀ ਹੈ ਕਿਉਂਕਿ ਮੈਂ ਹੋਮ ਮਿਨਿਸਟਰ ਹਾਂ। ਕਈ ਇੰਟੈਲੀਜੈਂਸ ਵਾਲੇ ਮੈਨੂੰ ਹਲੇ ਵੀ ਖਬਰਾਂ ਦਿੰਦੇ ਰਹਿੰਦੇ ਹੈ। ਬਾਦਲ ਸਾਹਿਬ ਦੇ ਮਨ ਚ ਮੈਂ ਕਿਹਾ ਕਹਿੰਦਾ ਕਰਦਾ ਤੂੰ ਵਹਿਮ ਕਰਦਾ ਇਹ ਕੋਈ ਇਹ ਵੀ ਜਾਣ ਕੇ ਲੋਕੀ ਕਹਿੰਦੇ ਆ ਕੋਈ ਨੀ ਸਕਦਾ। ਫਿਰ ਉਹਨਾਂ ਦਾ ਦਸ ਪੰਦਰਾਂ ਦਿਨ ਬਾਅਦ ਜਾਂ ਥੋੜੇ 20 ਦਿਨ ਬਾਅਦ ਤੁਹਾਨੂੰ ਯਾਦ ਹੈ ਇੱਕ ਬਿਆਨ ਆਇਆ ਅਖਬਾਰ ਚ, ਉਹਨੇ ਖਾਸ ਪ੍ਰੈਸ ਰਿਪੋਰਟ ਨੂੰ ਬਾਹਰੋਂ ਦਿੱਤਾ ਅੰਗਰੇਜ਼ੀ ਦੇ ਅਖਬਾਰ ਚ। ਜਦੋਂ ਅਖਬਾਰ ਬਿਆਨ ਆਇਆ ਮੈਂ ਬਾਦਲ ਸਾਹਿਬ ਨੂੰ ਫਿਰ ਤੋਂ ਲੈ ਗਿਆ, ਮੈਂ ਕਿਹਾ ਜੀ ਆ ਦੇਖੋ ਬਿਆਨ ਆਇਆ। ਉਹਨਾਂ ਨੂੰ ਬੜਾ ਦੁੱਖ ਲੱਗਿਆ, ਉਹਨਾਂ ਨੇ ਉਹਨਾਂ ਨੂੰ ਟੈਲੀਫੋਨ ਕੀਤਾ ਬਾਦਲ ਸਾਹਿਬ ਕਿ ਬ੍ਰਹਮਪੁਰਾ ਸਾਹਿਬ ਆ ਕੀ ਹੈ। ਕਹਿੰਦੇ ਨਹੀਂ ਜੀ ਐਵੇਂ ਅਚਾਨਕ ਕਿਸੇ ਨੇ ਪ੍ਰੈਸ ਵਾਲੇ ਨੇ ਪੁੱਛਿਆ ਤੇ ਬਿਆਨ ਤੋੜ ਮੋੜ ਕੇ ਦਿੱਤਾ। ਬਾਦਲ ਸਾਹਿਬ ਮੈਨੂੰ ਕਿਹਾ ਮੇਰੀ ਗੱਲ ਹੋ ਗਈ ਹੈ ਕਿ ਐਵੇਂ ਅਖਬਾਰ ਵਾਲੇ ਤੁਹਾਨੂੰ ਪਤਾ ਅੱਜ ਕੱਲ੍ਹ ਤੋੜ ਮੋੜ ਕੇ ਸਾਰੀ ਗੱਲਾਂ ਕਰ ਲੈਂਦੇ। ਬ੍ਰਹਮਪੁਰਾ ਸਾਹਿਬ ਇੱਥੇ ਆਏ, ਉਹਨਾਂ ਦੀ ਜਿਹੜੀ ਟੀਮ ਜਿਹੜਾ 2-4 ਲੀਡਰ ਸੀ ਸਾਰੇ ਜਿਹਨਾਂ ਦਾ ਪਲਾਨ ਬਣਿਆ ਸੀ, ਉਹਨਾਂ ਦਾ ਪਲਾਨ ਸੀ ਕਿ ਝਟਕਾ ਮਾਰਾਂਗੇ ਅਕਾਲੀ ਦਲ ਨੂੰ। ਉਹਦੇ ਨਾਲ ਕੈਪਟਨ ਨੇ ਕਿਹਾ ਸੀ ਕਿ ਇੱਕਦਮ ਅਕਾਲੀ ਦਲ 2 ਪਾਠ ਹੋ ਜਾਊਗਾ ਤੇ ਆਪਾਂ ਬ੍ਰਹਮਪੁਰਾ ਸਾਹਿਬ ਨੂੰ ਪ੍ਰਧਾਨ ਬਣਾ ਕੇ ਅਕਾਲੀ ਦਲ ਦਾ ਪ੍ਰਧਾਨ ਬਣਾਵਾਂਗੇ ਤੇ ਬਾਦਲ ਪਰਿਵਾਰ ਨੂੰ ਆਪਾਂ ਕੈਪਟਨ ਦੇ ਸਾਰੀ ਸਾਜ਼ਿਸ਼ ਦੇ ਵਿੱਚ ਆ ਗਏ ਸੀ, ਪਲਾਨ ਬਣ ਗਿਆ। ਬ੍ਰਹਮਪੁਰਾ ਸਾਹਿਬ ਜਦੋਂ ਆਏ ਇਹਨਾਂ ਮੀਟਿੰਗ ਕੀਤੀ, ਉਹਨਾਂ ਨੇ ਫਿਰ ਜਦੋਂ ਸੋਚਿਆ ਕਿ ਕਈ ਲੀਡਰ ਨਾਲ ਉਹਨਾਂ ਨੇ ਗੱਲ ਕੀਤੀ, ਫਿਰ ਉਹਨਾਂ ਨੇ ਬਿਆਨ ਦਿੱਤਾ ਪੂਰੀ ਪਾਰਟੀ ਦੇ ਖਿਲਾਫ। ਉਹ ਸੋਚਦੇ ਸੀ ਕਿ ਪਾਰਟੀ ਇੱਕਦਮ ਹੀ ਹਲਚਲ 'ਚ ਟੁੱਟ ਜੂਗੀ। ਬਾਦਲ ਸਾਹਿਬ ਨੇ ਜਦੋਂ ਬਿਆਨ ਪੜਿਆ ਉਹਨੂੰ ਬੜਾ ਦੁੱਖ ਲੱਗਿਆ।